स्वागत। ਗੱਲਾਂ ਤੇ ਗੀਤ ਵਿੱਚ ਦੇਸਾਂ ਵਿਦੇਸਾਂ ਦੇ ਵਿੱਚ ਬੈਠੇ ਹੋਏ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ। ਮੈਂ ਹਾਂ ਚਰਨਜੀਤ ਜੋਗੀ ਅਤੇ ਮੈਂ ਹਾਂ ਨਵਦੀਪ ਕੌਰ ਅਤੇ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਕਿਉਂਕਿ ਤੁਸੀਂ ਵੀ ਪੂਰੇ ਪੂਰੇ ਟਾਈਮ 'ਤੇ ਸਾਡੇ ਨਾਲ ਹਮੇਸ਼ਾ ਹੀ ਇਸ ਸਫ਼ਰ ਦੇ ਵਿੱਚ ਰਹਿੰਦੇ ਹੋ ਅਤੇ ਗੱਲਾਂ ਅਤੇ ਗੀਤ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਸਦਾ ਵਿਸ਼ਾ ਪਹਿਲਾਂ ਨੋਟ ਕਰ ਲਓ, ਫਿਰ ਉਸ ਬਾਰੇ ਜਿਹੜੀਆਂ ਗੱਲਾਂ ਬਾਤਾਂ ਹੈ ਉਹ ਆਪਾਂ ਕਰਾਂਗੇ। ਬਿਲਕੁਲ ਜੀ, ਤੁਸੀਂ ਸਾਡਾ ਅੱਜ ਦਾ ਵਿਸ਼ਾ ਗੱਲਾਂ ਅਤੇ ਗੀਤ ਦਾ ਨੋਟ ਕਰ ਲਓ ਕਿਉਂਕਿ ਅੱਜ ਇੱਕ ਮਹੱਤਵਪੂਰਨ ਵਿਸ਼ੇ ਦੇ ਉੱਪਰ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ। ਵਿਸ਼ਾ ਹੈ ਜੀ ਸਾਇੰਸ ਕਾਂਗਰਸ, ਇਸ ਦੇ ਮੰਤਵ ਅਤੇ ਮਹੱਤਵ ਬਾਰੇ ਅੱਜ ਗੱਲ ਕਰਾਂਗੇ। ਫੋਨ ਨੰਬਰਸ ਨੋਟ ਕਰ ਲਓ ਸਾਡੇ 0181 281 4241, 0181 281 4241, ਕਿਉਂਕਿ ਅੱਜ 3 ਜਨਵਰੀ ਹੈ ਅਤੇ ਜਲੰਧਰ ਦੀ ਇੱਕ ਯੂਨੀਵਰਸਿਟੀ ਵਿਖੇ ਸ਼੍ਰੀ ਨਰਿੰਦਰ ਮੋਦੀ ਜੀ ਜੋ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ ਉਹ ਆ ਰਹੇ ਨੇ ਇਸ ਦਾ ਉਦਘਾਟਨ ਕਰਨ ਸਾਇੰਸ ਕਾਂਗਰਸ ਦਾ। ਬਿਲਕੁਲ ਜੀ, ਔਰ ਇਹ 106ਵੀਂ ਜਿਹੜੀ ਕਿ ਭਾਰਤੀ ਵਿਗਿਆਨ ਕਾਂਗਰਸ ਸੰਮੇਲਨ ਜਿਹੜਾ ਉਸਦਾ ਉਦਘਾਟਨ ਕਰਨ ਦੇ ਵਾਸਤੇ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆ ਰਹੇ ਨੇ, ਔਰ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਇਹ ਇਸ ਵਾਰ ਜਲੰਧਰ ਦੇ ਵਿੱਚ ਹੋ ਰਹੀ ਹੈ ਔਰ ਇਹ ਸਾਡੇ ਪੰਜਾਬੀਆਂ ਵਾਸਤੇ ਔਰ ਸਮੁੱਚੇ ਵਿਸ਼ਵ ਦੇ ਵਾਸਤੇ ਵੀ ਇਹ ਮਾਣ ਵਾਲੀ ਗੱਲ ਹੈ। ਔਰ ਦੇਖਿਆ ਜਾਵੇ ਤਾਂ ਇਹ ਜਿਹੜਾ ਇੱਕ ਬਹੁਤ ਵੱਡਾ ਮਾਣ ਮਿਲਿਆ ਹੈ ਸਾਨੂੰ ਕਿਉਂਕਿ ਇਸ ਦੇ ਨਾਲ ਇੱਕ ਨਵੇਂ ਆਗਾਜ਼ ਹੋਣਗੇ, ਨਵੇਂ ਜਿਹੜੇ ਕਿ ਸਾਡੇ ਰਾਹ ਜਿਹੜੇ ਆ ਨਾ ਉਹ ਪੱਧਰੇ ਹੋਣਗੇ, ਅਸੀਂ ਵਿਗਿਆਨ ਦੇ ਖੇਤਰ ਦੇ ਵਿੱਚ ਨਵੀਆਂ ਤਰੱਕੀਆਂ ਕਰਾਂਗੇ। ਇਸ ਸੰਮੇਲਨ ਦੇ ਵਿੱਚ ਹਜ਼ਾਰਾਂ ਜਿਹੜੇ ਵਿਗਿਆਨੀ ਨੇ ਉਹ ਵੱਖੋ ਵੱਖਰੇ ਦੇਸ਼ਾਂ ਦੇ ਵਿੱਚੋਂ ਆਉਣਗੇ, ਵੱਖੋ ਵੱਖਰੀਆਂ ਵਿਚਾਰ ਚਰਚਾਵਾਂ ਹੋਣਗੀਆਂ ਔਰ ਸਾਡੇ ਦੇਸ਼ ਦੇ ਭਵਿੱਖ ਦੇ ਬਾਰੇ, ਖਾਸ ਤੌਰ 'ਤੇ ਅਸੀਂ ਆਪਣੇ ਦੇਸ਼ ਦੇ ਭਵਿੱਖ ਬਾਰੇ ਇਸ ਵਿਗਿਆਨਿਕ ਸੋਚ ਦੇ ਨਾਲ ਅੱਗੇ ਵਧਣ ਦਾ ਯਤਨ ਕਰਾਂਗੇ। ਔਰ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਇਸ ਜਿਹੜੇ ਕਿ ਸੰਮੇਲਨ ਨੂੰ ਲੈ ਕੇ ਜਿਹੜਾ ਅਸੀਂ ਟੌਪਿਕ ਰੱਖਿਆ ਹੈ ਸਾਇੰਸ ਕਾਂਗਰਸ, ਜਿਹੜਾ ਕਿ ਮੰਤਵ ਅਤੇ ਮਹੱਤਵ ਇਸ ਵਿਸ਼ੇ 'ਤੇ ਮਹੱਤਵਪੂਰਨ ਜਾਣਕਾਰੀ ਦੇਣ ਦੇ ਵਾਸਤੇ ਸਾਡੇ ਕੋਲ ਵਿਗਿਆਨ ਦੇ ਨਾਲ ਸੰਬੰਧਿਤ ਉੱਘੇ ਮਾਹਰ ਔਰ ਜਾਣੇ ਪਛਾਣੇ ਤੁਹਾਡੇ ਸਾਰਿਆਂ ਦੇ ਡਾਕਟਰ ਕੁਲਦੀਪ ਸਿੰਘ ਧੀਰ ਜੀ ਸਾਡੇ ਨਾਲ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ, ਜਿਹੜੇ ਕਿ ਆਪਣੀ ਉਮਰ ਦੇ 40 ਦਹਾਕੇ ਜਿਹੜੇ ਕਿ ਨੇ ਉਹ ਇਸੇ ਹੀ ਖੇਤਰ ਦੇ ਵਿੱਚ ਵਿਚਰੇ ਨੇ। 70 ਕਿਤਾਬਾਂ ਉਹਨਾਂ ਨੇ ਲਿਖੀਆਂ ਨੇ, ਗਿਆਨ ਵਿਗਿਆਨ ਸ਼੍ਰੋਮਣੀ ਅਵਾਰਡ ਵੀ ਉਹਨਾਂ ਨੂੰ ਮਿਲ ਚੁੱਕਾ ਹੈ ਔਰ ਅੱਜ ਅਸੀਂ ਖੁਸ਼ੀ ਲੈ ਰਹੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ। ਸਭ ਤੋਂ ਪਹਿਲਾਂ ਤਾਂ ਡਾਕਟਰ ਕੁਲਦੀਪ ਸਿੰਘ ਧੀਰ ਜੀ ਤੁਹਾਡਾ ਸਵਾਗਤ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਅਤੇ ਡਾਕਟਰ ਸਾਹਿਬ, ਆਪਣੇ ਬਹੁਤ ਮਾਣ ਦੀ ਗੱਲ ਹੈ ਕਿ ਜਲੰਧਰ ਦੇ ਵਿੱਚ ਇਸ ਵਾਰੀ ਉਦਘਾਟਨ ਹੋ ਰਿਹਾ ਹੈ ਸਾਇੰਸ ਕਾਂਗਰਸ ਦਾ, ਸੋ ਇਸ ਦਾ ਸਭ ਤੋਂ ਪਹਿਲਾਂ ਸਵਾਲ ਹੈ ਕਿ ਜਲੰਧਰ ਵਿਖੇ ਜਿਹੜਾ ਹੋ ਰਿਹਾ 106ਵਾਂ, ਇਹਦਾ ਮੰਤਵ ਜਿਹੜਾ ਹੈ ਕਰਵਾਉਣ ਦੇ ਪਿੱਛੇ ਕੀ ਹੁੰਦਾ ਹੈ? ਸਾਇੰਸ ਕਾਂਗਰਸ ਜਿਹੜੀ ਹੈ ਇਸਦਾ ਮੂਲ ਮਹੱਤਵ ਸਾਇੰਸਦਾਨਾਂ ਲਈ ਇੱਕ ਫੋਰਮ ਪ੍ਰੋਵਾਈਡ ਕਰਨਾ ਸੀ, ਸਾਰੇ ਸਾਇੰਸਦਾਨ ਜਿਹੜੇ ਨੇ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਇੱਕ ਤਾਂ ਉਹ ਆਪਸ ਵਿਚਾਰ ਵਟਾਂਦਰਾ ਕਰ ਸਕਣ, ਜਿਹੜੀਆਂ ਰਿਸਰਚਿਸ ਡਿਫਰੈਂਟ ਫੀਲਡਸ ਦੇ ਵਿੱਚ ਵੱਖ ਵੱਖ ਖੇਤਰਾਂ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਨੂੰ ਤਾਂ ਇੱਕ ਦੂਸਰੇ ਨੂੰ ਪਤਾ ਲੱਗੇ ਅਤੇ ਉਹਨਾਂ ਦਾ ਪਤਾ ਵਿਸ਼ਾਲ ਪੱਧਰ 'ਤੇ ਹੋਰਨਾਂ ਨੂੰ ਵੀ, ਜਿਹੜੇ ਦੇਸ਼ ਦੇ ਹੋਰ ਹਿੱਸੇ ਨੇ ਉਹਨਾਂ ਦੇ ਵਿਗਿਆਨੀਆਂ ਨੂੰ, ਉਹਨਾਂ ਦੇ ਜਿਹੜੇ ਪ੍ਰੋਫੈਸਰਸ ਨੇ ਸਟੂਡੈਂਟਸ ਨੇ ਉਹਨਾਂ ਤੱਕ ਪਹੁੰਚੇ, ਉਹਦੇ ਥਰੂ ਅਖਬਾਰਾਂ ਰਸਾਲਿਆਂ ਦੇ ਜ਼ਰੀਏ ਜਾਂ ਮੀਡੀਆ ਦੇ ਜ਼ਰੀਏ ਅਸੀਂ ਦੇਸ਼ ਵਿਦੇਸ਼ ਦੇ ਤੱਕ ਇਹ ਗੱਲ ਪਹੁੰਚਾਈਏ। ਦੂਜਾ ਇਹ ਹੈ ਕਿ ਉੱਥੇ ਉਹਨਾਂ ਦਾ ਐਕਸਪੋਜ਼ਰ ਦੇਸ਼ ਵਿਦੇਸ਼ ਦੇ ਵਿਗਿਆਨੀਆਂ ਨਾਲ ਵੀ ਹੋਵੇ, ਨੋਬਲ ਲੋਰੀਏਟਸ ਆ ਜਾਣ, ਹੋਰ ਆ ਜਾਣ। ਇਸ ਵਾਰੀ ਵੀ ਸਾਡੇ ਕੋਲ ਇੱਥੇ ਦੇਖਿਓ ਇਹ ਕਿਹੜੀ ਸੰਸਥਾ ਹੈ, ਵੱਡੀ ਬਣੀ ਪਈ ਹੈ, ਇਹ ਕੁਝ ਨਹੀਂ ਬਣੀ, ਬਹੁਤ ਪੁਰਾਣੀ ਸੰਸਥਾ ਹੈ ਔਰ ਇਸ ਇਹ ਹਰ ਸਾਲ ਉਹਦੇ 'ਚ ਡੈਲੀਗੇਟ ਚੁਣੇ ਜਾਂਦੇ ਨੇ, ਬਣਦੇ ਨੇ ਪੈਸੇ ਭਰ ਕੇ ਵੀ, ਜਿਹੜੀ ਉਹਦੀ ਮੈਮਰੀ ਲਈ ਜਾਂਦੀ ਹੈ। ਇਸ ਫਿਰ ਉਹਦੇ 30,000 ਦੇ ਕਰੀਬ ਡੈਲੀਗੇਟ ਹੈਗਾ ਔਰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੁੰਦਾ ਕਿ ਦੇ ਸ਼ੁੱਡ ਕਮ ਜੁਆਇਨ, ਔਰ ਉਹ ਡੈਲੀਗੇਟ ਕਿੰਨੇ ਅੱਪੜਦੇ ਨੇ ਉਹ 30,000 ਚੋਂ 20,000, 15,000, 18,000, 10,000 ਜਿੰਨੇ ਵੀ ਆ ਜਾਣ, ਆਲ ਆਰ ਇਨਵਾਈਟਿਡ। ਸੋ 30,000 ਦੇ ਕਰੀਬ ਦੇਖੋ ਆਦਮੀ ਦੇ ਵਿੱਚੋਂ ਹਰ ਸਾਲ ਕੋਈ 15,000, ਕਦੇ 20,000, 18,000 ਗਿਣਤੀ ਨਹੀਂ ਕਰ ਸਕਦੇ, ਇੰਨੀ ਵੱਡੀ ਗਿਣਤੀ ਹੁੰਦੀ ਹੈ। ਔਰ ਫਿਰ ਉਹਦੇ ਸਟੂਡੈਂਟਸ ਵੱਖਰੇ ਨੇ, ਆਮ ਆਦਮੀ ਵੱਖਰੇ ਨੇ, ਬੱਚੇ ਨੇ, ਔਰਤਾਂ ਨੇ। ਤੁਸੀਂ ਜੇ ਜਾਓ ਜਿਹੜੀ ਇਹ ਕਾਨਫਰੰਸ ਤੁਸੀਂ ਜੇ ਜਿਹੜੀ ਦੇਖੋ ਵੀ ਉੱਥੇ ਜਾ ਕੇ, ਹੁਣ ਤੁਹਾਡੇ ਤਾਂ ਬਿਲਕੁਲ ਨੇੜੇ ਆਏ, ਫਗਵਾੜਾ ਦੇ ਨੇੜੇ ਲਵਲੀ ਯੂਨੀਵਰਸਿਟੀ ਦੇ ਜੇ ਜਾਓ ਅਤੇ ਉਹ 600 ਏਕੜ ਦਾ ਜਿਹੜਾ ਕੈਂਪਸ ਹੈ ਉਹ ਸਾਰੇ ਦਾ ਸਾਰਾ ਤੁਸੀਂ ਟੀਮਿੰਗ ਵਿਦ ਪੀਪਲ, ਵੀ ਉੱਥੇ ਤੁਸੀਂ ਤਿਲ ਧਰਮ ਨੂੰ ਥਾਂ ਨਹੀਂ ਹੋਵੇਗੀ, ਇੱਕ ਮੇਲਾ ਕੁੰਭ ਜਿਹਨੂੰ ਮੈਂ ਕਹਿੰਦਾ, ਮੈਂ ਵੀ ਕਹਿੰਦਾ ਮਹਾਂਕੁੰਭ ਹੈ ਜਿਹੜਾ ਨਾ ਉਹ ਲੱਗਿਆ ਪਿਆ। ਤੋ ਇਸਦੇ ਇਸਦਾ ਅਰਥ ਇਹੀ ਹੈਗਾ ਕਿ ਐਕਸਪੋਜ਼ਰ ਹੋਵੇ, ਲੋਕਾਂ ਨੂੰ ਪਤਾ ਲੱਗੇ ਅਤੇ ਜਿਹੜੇ ਜ਼ਿਆਦਾ ਇਹਦਾ ਪਤਾ ਲੋਕਾਂ ਦੇ ਨਾਲੋਂ ਵੱਧ ਪਹਿਲਾਂ ਇਹਦਾ ਸਾਇੰਸਦਾਨਾਂ ਦੇ ਆਪਣੇ ਅੰਦਰ ਜਿਹੜਾ ਨਾ ਉਹਨਾਂ ਨੂੰ ਫੋਰਮ ਦੇਣਾ ਹੈਗਾ। ਬਿਲਕੁਲ, ਜਦੋਂ ਦੀਆਂ ਚੇਤਨਾ ਤਾਂ ਨੈਚੁਰਲੀ ਹੋਵੇਗੀ, ਜਦੋਂ ਵਿਗਿਆਨੀਆਂ ਨੂੰ ਪਤਾ ਲੱਗੇਗਾ ਵੀ ਆਪਸ 'ਚ ਉਹ ਗੱਲ ਜਿਹੜੀ ਉਹਨਾਂ ਨੂੰ ਉਤਸ਼ਾਹ ਮਿਲੇਗਾ। ਇਹਦਾ ਮੂਲ ਉਦੇਸ਼ ਜਿਹੜਾ ਇਹ ਸੀਗਾ ਕਿ ਜਿਹੜੀ ਬ੍ਰਿਟਿਸ਼ ਐਸੋਸੀਏਸ਼ਨ ਆਫ ਸਾਇੰਸ ਸੀਗੀ ਉਹਦੇ ਪੈਰਲਲ
ਇਸ ਨੂੰ ਸਥਾਪਿਤ ਕੀਤਾ ਗਿਆ ਸੀ, ਸ਼ੁਰੂ ਕੀਤਾ ਗਿਆ। ਔਰ ਜਿਵੇਂ ਤੁਸੀਂ ਦੱਸਿਆ ਕਿ ਇਹ ਇੱਕ ਵਿਗਿਆਨ ਦਾ ਜਿਹੜਾ ਮਹਾਂਕੁੰਭ ਹੈ, ਔਰ ਇਹ ਵਿਗਿਆਨ ਦਾ 106ਵਾਂ ਮਹਾਂਕੁੰਭ ਜਲੰਧਰ ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਿਹੜਾ ਅੱਜ ਤੋਂ ਸ਼ੁਰੂ ਹੋ ਰਿਹਾ 7 ਤਰੀਕ ਤੱਕ ਚੱਲੇਗਾ, ਔਰ ਜਿਹੜੇ ਵਿਗਿਆਨਿਕ ਰੁਚੀਆਂ ਰੱਖਣ ਵਾਲੇ ਨੇ ਉਹ ਇਸ ਸੰਮੇਲਨ ਦੇ ਵਿੱਚ ਜ਼ਰੂਰ ਪਹੁੰਚਣ, ਔਰ ਦੇਖਣ ਨਵੀਂ ਸੋਚ ਪੈਦਾ ਹੋਏਗੀ, ਨਵੀਆਂ ਖੋਜਾਂ ਦੇ ਬਾਰੇ ਵਿਸਥਾਰਪੂਰਵਕ ਚਰਚਾ ਹੋਵੇਗੀ। ਇਸ ਤਰ੍ਹਾਂ ਦੇ ਸੰਮੇਲਨਾਂ ਦੇ ਵਿੱਚ ਹਿੱਸਾ ਲੈਣਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਬੜਾ ਸੁਭਾਗਾ ਹੁੰਦਾ ਹੈ। ਔਰ ਜਿਹੜੀ ਗੱਲ ਕੀਤੀ ਜਾਵੇ ਅੱਜ ਤੋਂ ਇਸ ਦਾ ਉਦਘਾਟਨ ਹੋ ਰਿਹਾ, ਔਰ ਇਹ ਜਿਹੜਾ ਇੰਨੇ ਆਪਾਂ ਖੋਜਾਂ ਦੇ ਵਾਸਤੇ ਭਾਰਤ ਦੇ ਲਈ ਇਸ ਦਾ ਮਹੱਤਵ ਕੀ ਬਣ ਜਾਂਦਾ? ਹਰ ਸਾਲ ਇਹਦੀ ਕੋਈ ਥੀਮ ਬਣਾ ਲਈ ਜਾਂਦੀ ਹੈ, ਹਰ ਸਾਲ ਕੋਈ ਥੀਮ ਤਾਂ ਜਿਹੜੀ ਹੈ ਅਸਲੀ ਤਾਂ ਇਹੀ ਹੈ ਕਿ ਸਾਇੰਸ ਜਿਹੜੀ ਹੈ ਦੇਸ਼ ਦੇ ਲੋਕਾਂ ਦਾ ਜ਼ਿੰਦਗੀ ਸੁਧਾਰਨ ਵਾਸਤੇ ਵਰਤੀ ਜਾਵੇ, ਲੇਕਿਨ ਕੋਈ ਥੀਮ ਫਿਰ ਵੀ ਜਿਹੜਾ ਇਹ 1914 'ਚ ਹੀ ਬਣੀ ਹੈ, ਲੇਕਿਨ ਇਹ ਥੀਮ ਜਿਹੜੀ ਹੈ 1976 ਦੇ ਆਸ ਪਾਸ ਇਹਨਾਂ ਨੂੰ ਫੈਸਲਾ ਕੀਤਾ ਕਿ ਥੀਮ ਬਣਾ ਲਈ ਜਾਵੇ। ਅਤੇ ਫਿਰ ਉਸ ਤੋਂ ਬਾਅਦ 80 ਦੇ ਵਿੱਚ ਇਹ ਵੀ ਕੀਤਾ ਗਿਆ ਕਿ ਜਿਹੜੇ ਜਿਹੜੀਆਂ ਮੀਟਿੰਗ ਹੁੰਦੀ ਹੈ ਇਹ ਸਾਰੀ ਸਾਇੰਸ ਕਾਂਗਰਸ ਹੁੰਦੀ ਹੈ, ਉਸ ਤੋਂ ਬਾਅਦ ਜਿਹੜੀਆਂ ਰਿਕਮੈਂਡੇਸ਼ਨ ਹੁੰਦੀਆਂ ਨੇ, ਮੈਂ ਕਹਿਦਾ ਕਿ ਇਹ ਰਿਕਮੈਂਡੇਸ਼ਨ ਨੇ ਡਿਫਰੈਂਟ ਫੀਲਡਸ ਦੇ ਵਿੱਚ, ਉਹਨਾਂ ਨੂੰ ਕੈਰੀ ਆਊਟ ਕਰਨ ਲਈ ਗਵਰਨਮੈਂਟ ਆਫ ਇੰਡੀਆ ਸਾਇੰਸ ਐਂਡ ਟੈਕਨੋਲੋਜੀ ਜਿਹੜੀ ਹੈ ਡਿਪਾਰਟਮੈਂਟ ਹੈ, ਉਹਨਾਂ ਨੇ ਇੱਕ ਟਾਸਕ ਫੋਰਸ ਵੀ ਬਣਾਈ ਹੈ ਕਿ ਉਹਨਾਂ ਨੂੰ ਇੰਪਲੀਮੈਂਟ ਵੀ ਕਰਾਇਆ ਜਾਵੇ ਵੀ ਕਾਗਜ਼ਾਂ 'ਚ ਕਰ ਕਰਕੇ ਨਾ ਉੱਠ ਜਾਣ, ਔਰ ਇਹਨਾਂ ਦੀਆਂ ਪ੍ਰੋਸੀਡਿੰਗਸ ਵੀ ਛਾਪੀਆਂ ਜਾਂਦੀਆਂ ਨੇ, ਔਰ ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਵੀ ਇਹਦਾ ਲਾਭ ਕੀ ਹੈ ਜਾਂ ਮੰਤਵ ਕੀ ਹੈ, ਮੰਤਵ ਇਹੀ ਹੈ ਇਸ ਸਾਲ ਦਾ ਕਿ ਫਿਊਚਰ ਇੰਡੀਆ ਇਹਦਾ ਥੀਮ ਐਤਕੀ ਦਾ ਇਹ ਰੱਖੇ, ਹਰ ਵੇਲੇ ਕੁਛ ਨਾ ਕੁਛ ਅਕੈਡਮਿਕ ਐਕਸੀਲੈਂਸ, ਸਾਇੰਟਿਫਿਕ ਐਕਸੀਲੈਂਸ, ਸਾਇੰਟਿਫਿਕ ਡਿਵੈਲਪਮੈਂਟਸ, ਕੋਈ ਨਾ ਕੋਈ ਨੇੜੇ ਤੇੜੇ ਹੀ ਹੁੰਦਾ, ਉਹਦਾ ਜਿਹੜਾ ਲੈ ਦੇ ਕੇ ਅਖੀਰ ਤੇ ਉਹ ਲੋਕਾਂ ਦੇ ਵਾਸਤੇ ਹੀ ਹੁੰਦਾ। ਇਸ ਵਾਰੀ ਜਿਹੜੀ ਥੀਮ ਰੱਖੀ ਗਈ ਉਹ ਇਹ ਹੈ ਕਿ ਫਿਊਚਰ ਸਾਇੰਸ, ਫਿਊਚਰ ਇੰਡੀਆ ਸਾਇੰਸ ਐਂਡ ਟੈਕਨੋਲੋਜੀ, ਇਹ ਦੇਸ਼ ਦੇ ਵਾਸਤੇ ਜਿਹੜਾ ਭਵਿੱਖ ਹੈ ਇੰਡੀਆ ਦਾ ਉਹ ਸਾਇੰਸ ਤੇ ਟੈਕਨੋਲੋਜੀ ਦੇ ਨਾਲ ਕਿਵੇਂ ਜੁੜ ਰਿਹਾ ਹੈ ਤੇ ਕੀ ਆਪਾਂ ਉਹਦੇ ਚ ਕਰ ਸਕਦੇ ਹਾਂ, ਕਿਸ ਕਿਸਮ ਦੀ ਉਹਦੇ ਚ ਵਾਝੇ ਹੋ ਸਕਦੇ। 106ਵੀਂ ਸਾਇੰਸ ਕਾਂਗਰਸ ਹੈ ਇਸ ਵਾਰੀ, ਮਤਲਬ 105 ਹੋ ਚੁੱਕੀਆਂ ਨੇ, ਬਹੁਤ ਲੰਬਾ ਸਫ਼ਰ ਰਹਿ ਚੁੱਕਾ, 1914 ਤੋਂ ਸ਼ੁਰੂ ਹੋਈ ਜੀ, ਤੇ ਹੁਣ ਤੁਸੀਂ ਸਾਨੂੰ ਥੋੜਾ ਜਿਹਾ ਨਾ ਇਸ ਦਾ ਵੇਰਵਾ ਦਿਓ ਕਿ ਇਹਦਾ ਇਤਿਹਾਸ ਕਿਸ ਤਰ੍ਹਾਂ ਦਾ ਹੈ, ਸਾਇੰਸ ਕਾਂਗਰਸ ਦੀ ਅਗਰ ਪਿਛਲੀਆਂ ਦੀ ਅਸੀਂ ਗੱਲ ਕਰੀਏ, ਇਹਦੀ ਸ਼ੁਰੂਆਤ ਕਦੋਂ ਹੋਈ, ਕਿੱਥੇ ਹੋਈ? ਇਹ ਦੱਸਿਆ ਵੀ ਕਲਕੱਤੇ ਦੇ ਵਿੱਚ ਸ਼ੁਰੂ ਹੋਈ ਸੀਗੀ 1914 ਦੇ ਵਿੱਚ, ਔਰ ਉਸ ਵੇਲੇ ਜਿਵੇਂ ਜਿਵੇਂ ਇੰਡੀਅਨ ਨੈਸ਼ਨਲ ਕਾਂਗਰਸ ਬਣੀ, ਇਸ ਤਰ੍ਹਾਂ ਹੀ ਜਿਹੜੀਆਂ ਵੀ ਸਾਡੇ ਚੀਜ਼ਾਂ ਬਣੀਆਂ ਨੇ, ਅੰਗਰੇਜ਼ ਸਰਕਾਰ ਸੀ ਅਤੇ ਉਸ ਵੇਲੇ ਅੰਗਰੇਜ਼ ਦੇ ਕੋਈ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਬੇਸ਼ੱਕ ਅਸੀਂ ਗੁਲਾਮ ਸਾਂ, ਲੇਕਿਨ ਉਹਨਾਂ ਨੇ ਸਾਡੇ ਚੇਤਨਾ ਪੈਦਾ ਕਰਨ ਵਾਸਤੇ ਹਰ ਖੇਤਰ ਦੇ ਵਿੱਚ ਬਹੁਤ ਕੁਝ ਕੀਤਾ, ਪੁਲ ਵੀ ਬਣੇ, ਬੜਾ ਕੁਝ ਬਣਿਆ, ਔਰ ਇਸ ਵਾਸਤੇ ਵੀ ਉਹਨਾਂ ਨੇ ਵੀ ਸਾਇੰਟੀਫਿਕ ਡਿਵੈਲਪਮੈਂਟ ਵਾਸਤੇ ਅੰਗਰੇਜ਼ਾਂ ਦੇ ਵਿੱਚ, ਉੱਥੇ ਸੀ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਕੌਂਸਲ ਫਾਰ ਸਾਇੰਸ ਐਸੋਸੀਏਸ਼ਨ ਫਾਰ ਦੀ ਐਡਵਾਂਸਮੈਂਟ ਆਫ ਸਾਇੰਸ, ਉਹਨਾਂ ਕਿਹਾ ਵੀ ਇੰਡੀਅਨ ਜਿਹੜੀ ਹੈ ਕੌਂਸਲ, ਕਿਉਂ ਨਾ ਕੋਈ ਐਸੋਸੀਏਸ਼ਨ ਬਣਾ ਦਿੱਤੀ ਜਾਵੇ ਫਾਰ ਦੀ ਐਡਵਾਂਸਮੈਂਟ ਆਫ ਸਾਇੰਸ, ਤੋ ਉਹਨਾਂ ਨੇ ਫਿਰ ਇਹ ਜਿਹੜੀ ਹੈ ਬਣਾਈ ਕਿ ਇੰਡੀਅਨ ਸਾਇੰਸ ਐਸੋਸੀਏਸ਼ਨ ਜਿਹੜੀ ਹੈ, ਅਤੇ ਉਹਦੀ ਫਿਰ ਉਹਦਾ ਉਹਨਾਂ ਨੇ ਮੰਤਵ ਇਹੀ ਰੱਖਿਆ ਕਿ ਇਹਦਾ ਐਕਸਪੋਜਰ ਹੋਵੇਗਾ, ਇਸ ਨਾਲ ਆਪਸ 'ਚ ਡਿਸਕਸ ਕਰਨਗੇ, ਔਰ ਸੈਲਫ ਜਿਹੜੀ ਹੈ ਸਸਟੇਨਿੰਗ ਹੋਵੇ, ਆਪਣੇ ਫੰਡਸ ਆਪ ਕ੍ਰੀਏਟ ਕਰੇ, ਟ੍ਰਾਂਜੈਕਸ਼ਨ ਛਾਪੇ, ਹਰ ਸਾਲ ਕਾਨਫਰੰਸ ਕਰੇ। 1914 ਤੋਂ ਲੈ ਕੇ ਤੁਸੀਂ ਹੁਣ 106 ਗਿਣ ਰਹੇ ਹਾਂ, 14 ਅਤੇ 19 ਵਿੱਚ ਪਾ ਲਓ, ਅਤੇ ਮਤਲਬ ਕਦੇ ਵੀ ਨਾਗਾ ਨਹੀਂ ਪਿਆ, ਹਰ ਸਾਲ ਜਿਹੜੇ ਦੇਸ਼ ਦੇ ਕਿਸੇ ਨਾ ਕਿਸੇ ਸਟੇਟ, ਕਿਸੇ ਵੱਡੇ ਮਹਾਨਗਰ ਦੇ ਵਿੱਚ, ਇਹ ਕਿਸੇ ਸ਼ਹਿਰ ਵਿੱਚ ਕਿਤੇ ਨਾ ਕਿਤੇ ਹੁੰਦੀ ਆ ਰਹੀ ਹੈ। ਦੋਸਤ ਸਾਹਿਬ, ਸਾਡੇ ਨਾਲ ਇੱਕ ਸਾਡੇ ਦਰਸ਼ਕ ਜੁੜੇ ਨੇ, ਉਹ ਤੁਹਾਡੇ ਨਾਲ ਆਪਣਾ ਸਵਾਲ ਸਾਂਝਾ ਕਰਨਾ ਚਾਹੁੰਦੇ ਹਨ ਜੀ। ਸਵਾਗਤ ਕਰਦੇ ਹਾਂ ਜੀ ਗੱਲਾਂ ਤੇ ਗੀਤ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਮੇਰੀ ਇੱਕ ਬੇਨਤੀ ਹੈ ਕਿ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਜੋ ਪ੍ਰਬੰਧ ਹੈ ਸਾਇੰਸ ਟੀਚਿੰਗ ਦਾ, ਉਹਦੇ ਵਿੱਚ ਤਾਂ ਲਗਭਗ ਜਿਹੜੀਆਂ ਸਾਡੀਆਂ ਪ੍ਰਯੋਗਸ਼ਾਲਾਵਾਂ ਉਹਨਾਂ ਨੂੰ ਤਾਲੇ ਹੀ ਲੱਗੇ ਪਏ ਆ ਲਗਭਗ, ਤੇ ਕਿੱਥੇ ਅਸੀਂ ਨੌਜਵਾਨ ਸਾਇੰਟਿਫਿਕ ਸਾਇੰਟਿਸਟ ਪੈਦਾ ਕਰਨੇ ਆ, ਔਰ ਉਹਨਾਂ ਨੂੰ ਲਿਆ ਕੇ ਇਹ ਵਰਗੀ ਕਾਂਗਰਸ ਵਿਖਾਉਣੀ ਇਹ ਜ਼ਰੂਰੀ ਬਣਾਉਣੀ ਚਾਹੀਦੀ ਹੈ, ਜਾਂ ਇਹਦਾ ਪ੍ਰਦਰਸ਼ਨ ਜਿਹੜਾ ਟੀਵੀ ਤੇ ਕਿਸੇ ਪਰਟੀਕੁਲਰ ਪ੍ਰੋਗਰਾਮ ਰਾਹੀਂ ਇਸ ਕਾਂਗਰਸ ਦਾ ਪ੍ਰੋਗਰਾਮ, ਤਾਂ ਕਿ ਬੱਚੇ ਉਹ ਡਿਸਕਸ਼ਨ ਸੁਣ ਸਕਣ, ਤੇ ਕਿਤੇ ਐਸੀ ਉਪਲਬਧਤਾ ਹੋਵੇ ਬੱਚੇ ਆਪਦਾ ਕੁਐਸਚਨ ਵੀ ਰੱਖ ਸਕਣ। ਬਿਲਕੁਲ ਸਹਿਮਤ ਹਾਂ। ਗੱਲ ਇਹ ਕਿ ਜਿਹੜੇ ਨੇ ਇਹ ਜਿਹੜੇ ਸਕੂਲਾਂ ਦੀ ਤਾਂ ਇਹ ਸਿੱਖਿਆ ਦਾ ਮਹਿਕਮਾ, ਸਿੱਖਿਆ ਵਾਲਿਆਂ ਨੂੰ ਦੇਖਣਾ ਚਾਹੀਦਾ, ਸਰਕਾਰ ਨੂੰ ਵੀ ਇਸ ਪਾਸੇ ਕੰਮ ਕਰਨਾ ਚਾਹੀਦਾ, ਔਰ ਜਿੱਥੋਂ ਤੱਕ ਤੁਹਾਡਾ ਹੈ ਕਿ ਬੱਚਿਆਂ ਨੂੰ ਐਕਸਪੋਜਰ, ਉਹ ਸਾਡੀ ਵੱਖਰੀ ਇੱਕ ਚਾਈਲਡ ਉੱਥੇ ਕਾਂਗਰਸ ਵੀ ਚੱਲ ਰਹੀ ਹੈ ਬਾਕਾਇਦਾ, ਉੱਥੇ ਪ੍ਰਦਰਸ਼ਨੀ ਵੀ ਲੱਗ ਰਹੀ ਹੈ, ਐਵਰੀਬਾਡੀ ਇਜ਼ ਇਨਵਾਈਟਿਡ, ਜਿਹੜਾ ਉੱਥੇ ਕੋਈ ਵੀ ਜਾ ਸਕਦਾ, ਕੋਈ ਵੀ ਵੇਖ ਸਕਦਾ, 500 ਦੇ ਕਰੀਬ ਘੱਟੋ ਘੱਟ ਉੱਥੇ ਐਗਜ਼ੀਬਿਟਸ ਹੋਣਗੀਆਂ, ਬੱਚਿਆਂ ਦੀ ਕਾਂਗਰਸ ਚੱਲੇਗੀ ਬਾਕਾਇਦਾ। 1996 ਦੇ ਆਸ ਪਾਸ ਇਹ ਜਿਹੜੀ ਹੈ ਨਾ ਹੋਈ, ਅਤੇ ਉਦੋਂ ਜਿਹੜਾ ਆਪਣੇ ਪ੍ਰੈਜੀਡੈਂਟ ਕਲਾਮ ਜਿਹੜੇ ਸੀ ਉਹ ਸਪੈਸ਼ਲੀ ਸ਼ਾਮਿਲ ਹੋਏ ਸੀ, ਉਹਨਾਂ ਨੇ ਪ੍ਰਧਾਨ ਕੀਤੀ, ਉਹਨਾਂ ਨੇ ਪਹਿਲੀ ਕਾਂਗਰਸ ਦੇ ਵਿੱਚ ਉਹ ਸ਼ਾਮਿਲ ਹੋਏ ਸੀਗੇ 1993 ਦੇ ਆਸ ਪਾਸ।
तो वह जरा उन्होंने यदि प्रधानगी भी की चाइल्ड कांग्रेस की उदू प्र जे सारे शामिल होए तो ये गल्लां बाद विच एक उन्होंने विमेन कांग्रेस भी की है। तो विम इस वेले हुण ये जो जी इस वेले छेवीं कह रहे हैं ये नाल दी नाल ही चिल्ड्रन साइंस कांग्रेस भी हो रही है, विमेन साइंस कांग्रेस भी हो रही है, दोवें पैरेलल चल रही ने और डिफरेंट डिसिप्लिन कोई भी जा सकता है, कोई भी सुन सकता है, उत्थे कोई किसी को फीस नहीं ली जाएगी, सिर्फ डेलीगेटा फीस देनी पैंदी हैगी और उहदा उन्हां नूं हर कॉन्फ्रेंस का एक तरीका हुंदा है कि डेलीगेट्स तो फीस भी ली जाती है, उन्होंने फैसिलिटीज भी रोटी पानी भी दिता जाता है, उन्होंने रहन का प्रबंध किया जाता है, इसलिए वह तो अपना सिलसिला है। लेकिन जरा तुम कह रहे हो कि बच्चे आन, बच्चे जरूर जान, उन्होंने कंडक्टेड टूर्स तो वैसे आप बच्चों वास्ते तो वक्रा पुष्पा फिराज सिटी भी है, ये जो पेरेंट्स भी कर सकते हैं, लेकिन ये बहुत कुछ करना अजे बाकी है। बिल्कुल जी डॉक्टर साहब, जेकर असी गल की जाए कि अज जे असी इहदा थीम रख्या हैगा कि साडा विज्ञान ते तकनीक साडे भारत दा भविख, इहदे नाल जोड़ के असी इस जिहड़ी कि भारतीय विज्ञान कांग्रेस का जिहड़ा इस सम्मेलन चल रहा उन्हूं असी नाल लैके चल रहे हैं। तो अज दे समें दे विच साडा विज्ञान ते तकनीक साडे भारत दे भविख दे लई किन्ना क सहाई हो सकदा इस कांग्रेस तो इस जिहड़ा सम्मेलन तो सानू की लगदा है, की विशेषतावां ने इहदीआं? ये देखो कि साइंस तो बिना जीवन किसी जीवन नहीं है और लेटेस्ट जी है ना डिवेलपमेंट्स ने उसके नाल असी केड़े पास जा रहे हैं, एक तो असी इतों डायरेक्शन भी लैंदे हां कि साइंस की रुचि जी है वो किधर नूं जा रहे हैं, लोग विच वे दे आर गोइंग, वर्ल्ड साइंस किधर जा रही है, क्योंकि उत्थे नोबल लॉरिएट्स भी आ रहे हैं, नोबल प्राइज एट घटो घट तीन नोबल प्राइज विनर्स की इतने कन्फर्मेशन हो चुकी है और उन्होंने मैं भी संपर्क भी हाँ, मैं उन्होंने बायोडेटा भी देखा है, वो एक बंदा केमिस्ट्री का, एक फिजिक्स का, एक मेडिसन का है, वो जरा भी एक चीज़ जी है मैं नोट की है पिछले कई सालों तो ईवन जो हिंदुस्तान भी आप हरगोबिंद खुराना ने नोबल प्राइज लिया, वेंकी ने लिया, बाहर रह के भी चक लिया इन्होंने लोगों ने, या होर नोबल प्राइज विनर्स पिछले कई सालों तो मैं देख रहा वह जा रहे ने मैडिसन जेड़े जेड़े बंदे ईवन फिजिक्स चो भी जाते हैं, बायोकमिस्ट्री चो जाते हैं, बायो चल जाते हैं, जेनेटिक्स चल जाते हैं, वो खीर ते लै दे के पहुँचते किधर ने जेनेटिक्स मालिकुलर साइंसिस और वो चले जाते हैं जिथे जाके जिंदगी दियाँ जड़िया ने बारीकियां ने वो समझ आनी शुरू हो, बीमारियों का इलाज हो, कैंसर का इलाज हो, अल्जाइमर का हो, जड़िया बीमारियां साढ़े तो ट्रीट नहीं हो रही, अल्जाइमर वर्गिया भैड़िया बीमारियां, चंद्रिया बीमारियां जड़िया ने और कैंसर है और इन्हों जी अंदर जी ड्रग दी जाए बिल्कुल उत्थे ही जाए किसी आसे पासे शरीर का, हुण देखो तुसी कैंसर वास्ते थर्मल वगैरह कीमो वगैरह करते हैं तो उन्हों का किन्ना बॉडी का नुकसान होंदा है, ड्रग डिलीवरी दे विच जी है हेल्दी पार्ट भी डैमेज हो रहे हैं और कई का इलाज निकल नहीं रहा, जरा ब्रेन की जी सर्जरी है, ब्रेन का अंदर की जी मकैनिजम है, न्यूरॉन्स ने जो डैमेज हो जाते हैं, सैल जड़े ने पैरालिसिस हो जाता है, तो वो सारे कुछ का इलाज वास्ते दुनिया जी है वध रही है, जोड़े बंदे इतने भी दो नोबल प्राइज विनर्स आ रहे हैं उन्होंने इस पासे का संबंध हैगा, तो तीसरा फिजिक्स का, जो फिजिक्स का बंदा भी है वह भी नैनो के खेत्र का, नैनो का खेत्र भी नैनो टैक्नोलॉजी बहुत ही माइन्यूट खेत्र जो सूखमता का खेत्र है, सूखमता का खेत्र है जी, नैनो जिहड़ी कि टेक्नोलॉजी है उहदे बारे असीं गलबात करदे हां, पहला एक दर्शक जिहड़े आ उह तुहाडे नाल अपना सवाल साझा कर लैण, उस तों बाद असीं नैनो टेक्नोलॉजी ते आउणे आ जी। ठीक है जी, हैलो, सत श्री अकाल जी, सत श्री अकाल जी, स्वागत है प्रोग्राम विच, मेहमान जो आए साडे उहनां नूं सत श्री अकाल जी, सत श्री अकाल जी, सर जी मेरा सवाल है जो निर्मल जी सिंह ने अग्गे हुणे कीता सी ना तुहानूं सवाल, जी ये प्रॉब्लम साडे छोटे स्कूल आ जिहड़े आम स्कूल साडे भी हाई स्कूल है पिंड दे विच जी, ये लैबोरेटरीयां जिहड़ियां बिल्कुल ही बंद पईयां, सब तो पहला तो इत्थों बच्चिआं ने होणा है जी, जो मतलब जो अपनी हैगी पनीरी इत्थे तैयार होणी है जी जी, हां जी ये गल बिल्कुल सही कह रहे हो, इस ते असीं जिन्ना बल दईए थोड़ा है, मैं अक्सर जाता पिंड शहर भी, मैं रिटायरमेंट तो बाद बहुत सारे पिंड शहर जाना, ये गल उत्थे भी उठती हुंदी है, लेकिन मैं तो यही है जिहड़े अपने सरकारां दे साधन सीमित हुंदे ने या अपनियां प्रॉब्लम्स ने, लेकिन जिहड़े ये काम सरपंच या ये जिहड़े ने अपने सोशल संस्थावां ने अवेयरनैस दियां उन्होंने चाहिए कि असीं लोग जिवें हुण प्रोफेसर हाँ रिटायर हो गए हाँ तनख पेंशन मिल रही है तो असीं अपनी जिंदगी दे विचों थोड़ा टाइम कढ़ीए पिंडां शहरां जाके लोगों नूं लैक्चर करिए दसीए कि साइंस दे विच की हो रहा है उन्हां नूं चेतन करिए, और मीडिया भी यही काम कर रहा, मैं अखबारां रसालियां दे ज़रिए भी यही काम करता रहिंदा कि लोगों नूं जिहड़ियां गल्लां सरकार जां सुविधा नहीं स्कूलां च फॉर्मल एजुकेशन नहीं मिल सकियां ते असीं उन्हां नूं इनफॉर्मल इस तरीके नाल असीं तरीके नाल दईए जो उन्हां दा उन्हां नूं किताबां च दे दईए छपियां किताबां मीडिया अखबारां रसालियां च
ਕਿਸੇ ਤਰ੍ਹਾਂ ਉਹਨਾਂ ਤੱਕ ਪਹੁੰਚਾਈਏ। ਬਹੁਤ ਵੱਡਾ ਤੁਹਾਡਾ ਮਸਲਾ ਵੀ ਹੈਗਾ, ਉਹਦੇ ਬਾਰੇ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਤੁਸੀਂ ਵੀ ਕਰ ਰਹੇ ਹੋ ਸਕਦਾ ਉਹਨਾਂ ਨੂੰ ਇਹ ਗੱਲਾਂ ਸਾਡੀਆਂ ਥੋੜ੍ਹੀਆਂ ਨਾ ਗੈਰ ਸੁਖਾਵੀਆਂ ਵੀ ਲੱਗਣ, ਲੇਕਿਨ ਇਹ ਜੇ ਪਾਠਕ ਕਹਿ ਰਹੇ, ਸਾਡੇ ਦਰਸ਼ਕ ਕਹਿ ਰਹੇ ਨੇ, ਇਹ ਮਹਿਸੂਸ ਕਰ ਰਹੇ ਨੇ ਸਰਕਾਰ ਨੂੰ ਇਸ ਬਾਰੇ ਸੀਰੀਅਸਲੀ ਸੋਚ। ਤੇ ਤੁਸੀਂ ਦੱਸਿਆ ਕਿ ਚਿਕਿਤਸਾ ਜਿਹੜੀ ਹੈ ਮੈਡੀਸਿਨ ਹੈ ਉਹਦੀ ਫੀਲਡ ਦੇ ਨਾਲ ਜੁੜੇ ਹੋਏ ਵੀ ਨੋਬੇਲ ਪ੍ਰਾਈਜ਼ ਵਿਨਰ ਜਿਹੜੇ ਆਉਣਗੇ, ਫਿਜ਼ਿਕਸ ਦੇ ਨਾਲ ਜੁੜੇ ਹੋਏ ਵੀ ਆਉਣਗੇ, ਡੈਲੀਗੇਟਸ ਆਲਮੋਸਟ 40 ਦੇਸ਼ਾਂ ਤੋਂ ਆ ਰਹੇ ਨੇ, ਇਹ ਵੀ ਚੀਜ਼ ਤੁਸੀਂ ਦੱਸੀ। ਤੇ ਇਹ ਚੀਜ਼ ਦੇ ਨਾਲ ਜੋੜ ਕੇ ਸਾਨੂੰ ਇਹ ਦੱਸੋ ਕਿ ਜਿਹੜਾ 5 ਦਿਨਾਂ ਦਾ ਸਫ਼ਰ ਹੈ ਇਹ ਪੂਰੇ ਸਾਇੰਸ ਕਾਂਗਰਸ ਦਾ, ਇਸ ਦੀਆਂ ਜੇ ਅਸੀਂ ਝਲਕੀਆਂ ਦੀ ਗੱਲ ਕਰੀਏ, ਹਾਈਲਾਈਟਸ ਦੀ ਗੱਲ ਕਰੀਏ, ਤਾਂ ਕਿਹੜੇ ਕਿਹੜੇ ਮੇਨ ਜਿਹੜੇ ਈਵੈਂਟਸ ਨੇ ਇਹਦੇ ਵਿੱਚ ਉਹ ਹੋਣੇ ਨੇ 5 ਦਿਨ? ਦੇਖੋ ਇਹ 14 ਇਹ ਜਦੋਂ ਪਹਿਲੀ ਵਾਰੀ ਹੋਈ ਹੈ 1914 ਦੇ ਵਿੱਚ ਹੋਈ ਹੈ ਨਾ, ਅਤੇ ਉਦੋਂ ਸਿਰਫ 105 ਵਿਗਿਆਨੀ ਸੀਗੇ ਅਤੇ 105 ਬੰਦੇ ਇਕੱਠੇ ਹੋਏ ਅਤੇ ਉਹਨਾਂ 'ਚ ਉਹ ਆਪਣੇ 35 ਪੇਪਰ ਪੜੇ ਗਏ ਸਾਰੇ। ਅਤੇ ਹੁਣ ਇਸ ਵੇਲੇ ਸੈਸ਼ਨ ਜਿਹੜੇ ਸੀ ਉਹ 6 ਜਾਂ 5-6 ਸੈਸ਼ਨ ਸੀ, ਜਿਹੜੇ ਬੇਸਿਕ ਫਿਜ਼ਿਕਸ ਕੈਮਿਸਟਰੀ ਜਿਵੇਂ ਆਪਾਂ ਨੋਬਲ ਪ੍ਰਾਈਜ਼ ਕਹਿੰਦੇ ਹਾਂ ਉਹ ਜਿਹੀ। ਹੁਣ ਇਸ ਵੇਲੇ 14 ਸੈਸ਼ਨਸ ਹੋ ਰਹੇ ਨੇ, 14 ਪਲੈਨਰੀ ਸੈਸ਼ਨ ਡਿਫਰੈਂਟ ਹੋਣਗੇ, ਸਿਮਲਟੇਨੀਅਸਲੀ ਚੱਲਣਗੇ, ਔਰ ਉਹਨਾਂ ਦੇ ਵਿੱਚ ਹਜ਼ਾਰਾਂ ਹੀ ਤੁਹਾਨੂੰ ਡੈਲੀਗੇਟ ਨੇ ਜਿਹਨਾਂ ਦੀ ਗਿਣਤੀ ਨਹੀਂ ਕਰ ਸਕਦੇ, ਅਤੇ 3 ਨੋਬਲ ਪ੍ਰਾਈਜ਼ ਵਿਨਰਸ ਵੀ ਕਨਫਰਮ ਹੋਏ ਨੇ। ਇਹਨਾਂ ਦੀ 6 ਦੀ ਸਲਾਹ ਸੀ, 3 ਨਹੀਂ ਆ ਸਕੇ, 3 ਸਾਡੇ ਕੋਲ ਪਹੁੰਚ ਗਏ ਨੇ, ਔਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਿਹਨਾਂ 'ਚ ਮੈਂ ਦੱਸਿਆ ਕਿ ਇੱਕ ਫਿਜ਼ਿਕਸ ਦਾ, ਇੱਕ ਕੈਮਿਸਟਰੀ ਦਾ, ਇੱਕ ਆਪਣਾ ਮੈਡੀਸਨ ਦਾ ਹੈਗਾ, ਇੱਕ ਨੂੰ 204 'ਚ ਮਿਲਿਆ, ਇੱਕ ਨੂੰ 13 'ਚ ਮਿਲਿਆ, 14 'ਚ। ਇਸ ਤਰ੍ਹਾਂ ਇਹ ਬੰਦੇ ਜਿਹੜੇ ਨੇ ਇਹਨਾਂ ਨੂੰ ਨੋਬਲ ਪ੍ਰਾਈਜ਼ ਵਿਨਰਸ ਹੈਗੇ ਨੇ ਸਾਡੇ ਕੋਲ, ਔਰ ਉਹਨਾਂ ਦਾ ਖੇਤਰ ਜਿਹੜਾ ਹੈ ਮੈਡੀਸਨ ਦਾ ਅਤੇ ਜਾਂ ਸਰੀਰ ਦੇ ਵਿੱਚ ਜਿਹੜੀਆਂ ਨੇ ਇੱਕ ਜਿਹੜੀ ਨੈਨੋ ਦਾ ਖੇਤਰ ਬਣਦਾ ਜਿਹਦੇ 'ਤੇ ਨਾ ਸਿੰਗਲ ਐਟੋਮਿਕ ਚੇਨ ਮੈਗਨੇਟਸ ਨੇ ਜਿਹੜੇ, ਤੋ ਉਸ ਪੱਧਰ 'ਤੇ ਦੇਖੋ ਵੀ ਐਟੋਮਿਕ ਲੈਵਲ ਦੇ ਉੱਤੇ ਤੁਸੀਂ ਰਿਸਰਚ ਕਰਨੀ, ਔਰ ਇਹ ਜਿਹੜੀ ਨੈਨੋ ਦਾ ਖੇਤਰ ਵੀ ਹੈ ਉਹ ਇੱਕ ਐਟਮ ਦੀ 1 ਡਾਇਮੈਂਸ਼ਨਲ ਐਟਮ ਚੇਨ ਜਿਹੜੀ ਮੈਗਨੇਟ 1 ਡਾਇਮੈਂਸ਼ਨਲ ਐਟਮ ਐਟੋਮਿਕ ਮੈਗਨੇਟ ਜਿਹੜੇ ਉਹਦੀ ਚੇਨ ਬਣਦੀ ਹੈ ਜਿਹੜੀ ਉਹ ਕਿੰਨੀ ਬਾਰੀਕ ਹੋਈ ਇੱਕ ਐਟਮ ਦੇ, ਉਸ ਨੂੰ ਜਿਹੜਾ ਬੰਦਾ ਰਿਸਰਚ ਕਰ ਉਸਦਾ ਸਿੱਧਾ ਸਿੰਪਲੀ ਗੱਲ ਹੈ ਕਿ ਉਹ ਜਾਏਗਾ ਕਿਹੜੇ ਪਾਸੇ ਨੂੰ। ਜਾਂ ਦੂਜਾ ਜਿਹੜਾ ਬੰਦਾ ਨਿਊਰੋਨ ਟ੍ਰਾਂਸਮਿਸ਼ਨ, ਨਿਊਰੋਨ ਬ੍ਰੇਨ ਦੇ ਵਿੱਚ ਨੇ, ਟ੍ਰਿਲੀਅਨਸ ਨੇ ਉਹ ਨਿਊਰੋਨ ਅਤੇ ਉਹਨਾਂ ਦੇ ਸਨੈਪਸਿਸ, ਉਹਨਾਂ ਦੇ ਕੁਨੈਕਸ਼ਨਸ, ਉਹਨਾਂ ਦਾ ਟ੍ਰਾਂਸਮਿਸ਼ਨ, ਉਹ ਜਿਹੜਾ ਅੱਗੋਂ ਤੁਹਾਡਾ ਕਿਵੇਂ ਵਰਕ ਕਰ ਰਹੇ ਨੇ ਉਹਦਾ ਜਿਹੜਾ ਸੰਬੰਧ ਜਿਹੜਾ ਜੁੜੇਗਾ, ਤੁਹਾਡਾ ਸ਼ੀਜ਼ੋਫਰੀਨੀਆ ਨਾਲ ਜੁੜ ਜਾਏਗਾ, ਅਲਜ਼ਾਈਮਰ ਨਾਲ ਜੁੜ ਜਾਏਗਾ, ਮਾਨਸਿਕ ਵੀ ਜਿਹੜੀਆਂ ਸਾਡੀਆਂ, ਹਾਂਜੀ ਅਲਜ਼ਾਈਮਰ ਨਾਲ ਵੀ ਜੁੜੇਗਾ, ਕੈਂਸਰ ਨਾਲ ਜੁੜੇਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਜਿਹੜੀਆਂ ਬਾਰੀਕੀ ਜਲ ਕੇ ਅਸੀਂ ਜਿਹੜੀਆਂ ਕਿ ਆਟੋਮਿਜ਼ਮ ਤੇ ਈਵਨ 5 ਦਿਨ ਦੇ ਇਹ ਆਪਣੀ ਸਾਇੰਸ ਕਾਂਗਰਸ ਚੱਲ ਰਹੀ ਹੈ, ਇਹਦਾ ਜੇ ਆਪਾਂ ਡੇ ਵਾਈਜ਼ ਵੇਰਵਾ ਤੁਹਾਡੇ ਤੋਂ ਲੈਣਾ ਹੋਏ ਤਾਂ ਸਾਨੂੰ ਦੱਸੋ ਕਿ ਮੁੱਖ ਜਿਹੜੀਆਂ ਆਕਰਸ਼ਕ ਨੇ 5 ਦਿਨਾਂ ਦੇ ਵਿੱਚ ਕੀ ਨੇ? ਗੱਲ ਇਹ ਹੈ ਕਿ ਜਿਹੜੀ ਸਾਇੰਸ ਕਾਂਗਰਸ ਦੇ ਵਿੱਚ ਉਦਘਾਟਨ ਤਾਂ ਅੱਜ ਸਵੇਰੇ ਹੋ ਜਾਣਾ, ਮੋਦੀ ਸਾਹਿਬ ਕਰ ਰਹੇ ਨੇ, ਪ੍ਰਧਾਨ ਮੰਤਰੀ ਸਾਡੇ, ਉਹਨਾਂ ਦੇ ਨਾਲ ਸਾਡੇ ਮੁੱਖ ਮੰਤਰੀ ਵੀ ਆਉਣਗੇ, ਗਵਰਨਰ ਪੰਜਾਬ, ਚੀਫ ਮਿਨਿਸਟਰ ਵੀ ਆ ਰਹੇ, ਕੈਪਟਨ ਅਮਰਿੰਦਰ ਸਿੰਘ ਆ ਜਾਣਗੇ, ਬਦਨੌਰ ਸਾਹਿਬ ਸਾਡੇ ਜਿਹੜੇ ਬੀ ਪੀ ਸਿੰਘ ਬਦਨੌਰ, ਗਵਰਨਰ ਪੰਜਾਬ ਆ ਜਾਣਗੇ, ਸਿਮਰਤੀ ਇਰਾਨੀ ਆ ਰਹੇ ਨੇ, ਸੈਂਟਰ ਦੇ ਮਿਨਿਸਟਰ ਸਾਇੰਸ ਐਂਡ ਟੈਕਨੋਲੋਜੀ ਹਰਸ਼ ਵਰਧਨ ਆ ਰਹੇ ਨੇ, ਤੋ ਇਹ ਵੀ ਆਈ ਪੀਸ ਜਿਹੜੇ ਨੇ ਇਹ ਸਵੇਰੇ ਦਾ ਉਦਘਾਟਨੀ ਸੈਸ਼ਨ ਹੋਵੇਗਾ ਜਿਹੜਾ ਇਸੇ ਯੂਨੀਵਰਸਿਟੀ ਜਿਹੜੀ ਤੁਹਾਡੇ ਸ਼ਹਿਰ ਦੀ ਹੈਗੀ ਹੈ ਲਵਲੀ, ਇਹਦੇ ਵਿੱਚ ਹੋ ਰਿਹਾ। ਉਸ ਤੋਂ ਬਾਅਦ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਡੇ ਵਾਈਜ਼, ਇਹਦੇ 'ਚ ਹੁੰਦਾ ਕਿ ਉਸ ਅੱਜ ਦੇ ਦਿਨ ਦੇ ਵਿੱਚ 2 ਨੋਬਲ ਪ੍ਰਾਈਜ਼ ਵਿਨਰ ਸ਼ਾਮ ਨੂੰ ਵਿਸ਼ੇਸ਼ ਰੂਪ ਦੇ ਵਿੱਚ ਭਾਸ਼ਣ ਕਰਨਗੇ, 2 ਉਹ ਜਿਹੜੇ ਨੇ ਐਬਰਾਹਿਮ ਸ਼ੈਂਕੋ, ਹਰਸ਼ੈਂਕੋ, ਔਰ ਦੂਸਰਾ ਹੈਗਾ ਉਹਨਾਂ ਦੇ ਨਾਲ ਥਾਮਸ ਹੁੱਡਾਫ, ਅਤੇ ਤੀਸਰਾ ਨੋਬਲ ਪ੍ਰਾਈਜ਼ ਵਿਨਰ ਡੰਕਨ ਜਿਹੜਾ ਹੈਗਾ ਉਹ ਕੱਲ੍ਹ ਨੂੰ ਸਵੇਰੇ ਬੋਲੇਗਾ ਦੂਸਰਾ ਜਿਹੜਾ, ਅਤੇ ਕੱਲ੍ਹ ਨੂੰ ਹੀ ਜਿਹੜਾ ਸਾਡੇ ਇਸਰੋ ਦਾ ਚੇਅਰਮੈਨ ਹੈ KSIVAN ਹੈ ਉਹ ਵੀ ਬੋਲਣਗੇ। ਇਹ ਜਿਹੜੀਆਂ ਨੇ 4 ਲੈਕਚਰਸ ਕਹੀਏ ਆਪਾਂ, ਬਹੁਤ ਹੀ ਇੰਪੋਰਟੈਂਟ ਲੈਕਚਰਸ ਨੇ, ਅਤੇ ਅੱਜ ਦੇ ਅਤੇ ਉਹਦਾ ਜਿਹੜਾ ਕੱਲ੍ਹ ਦਾ ਡੰਕਨ ਜਿਹੜਾ ਹਾਲਡੇਨ ਦਾ, ਡੰਕਨ ਹਾਲਡੇਨ ਦਾ, ਸੁਡਾਫ ਦਾ, ਔਰ ਇਹ ਜਿਹੜੇ 3 ਨੋਬਲ ਪ੍ਰਾਈਜ਼ ਵਿਨਰਸ ਨੇ ਡਿਫਰੈਂਟ ਫੀਲਡਸ ਨੇ, ਉਹ ਜੇ ਗੱਲ ਕਹੋਗੇ ਤਾਂ ਟਾਈਮ ਹੋਇਆ ਤਾਂ ਉਹ ਵੀ ਗੱਲ ਆਪਾਂ ਕਰ ਲਵਾਂਗੇ। ਦੂਸਰੀ ਗੱਲ ਜਿਹੜੀ ਮੈਂ ਦੱਸ ਰਿਹਾ ਕਿ ਇਹ ਸੈਸ਼ਨ ਉੱਥੇ ਨਾਲ ਅੱਜ ਤੋਂ ਹੀ ਸਾਰੇ ਦੇ ਸਾਰੇ ਸੈਸ਼ਨ 4 ਦੇ, ਇੰਝ ਨਹੀਂ ਹੁੰਦਾ ਕਿ ਕਿਉਂਕਿ 40 ਦੇਸ਼ਾਂ ਤੋਂ ਘੱਟੋ ਘੱਟ ਜਿਹੜੇ ਇੰਪੋਰਟੈਂਟ ਡੈਲੀਗੇਟ ਵੀ ਗਿਣੀ ਹੈ ਨਾ, ਵੈਸੇ ਤਾਂ ਐਵਰੀ ਡੈਲੀਗੇਟ ਕੈਨ ਬੀ ਦੇਅਰ, ਔਰ ਉਹਦੀ ਗਿਣਤੀ ਵੀ ਨਹੀਂ ਕਰ ਸਕਦੇ, ਲੇਕਿਨ ਅਕੋਰਡਿੰਗ ਰਫ ਐਸਟੀਮੇਟਸ 5,000 ਬੰਦਾ ਉੱਥੇ ਇਕੱਠਾ ਫਿਰ ਵੀ ਹੋ ਜਾਣਾ ਜਿਹੜਾ ਡੈਲੀਗੇਟ ਹੀ ਹੋਏਗਾ, ਜਿਹਨਾਂ 'ਚੋਂ 1,000-2,000 ਬੰਦਾ ਬਾਹਰ ਦਾ ਵੀ ਹੋਏਗਾ। ਤੋ ਏਡਾ ਵੱਡਾ ਜਿਹੜਾ ਗਲਤ, ਉਹ ਇੰਨੇ ਪੇਪਰ ਪੜ੍ਹੇ ਜਾਣੇ ਨੇ, ਇਟ ਕੈਨਟ ਵੀ ਛੱਡ ਕੇ ਉਹਨਾਂ ਨੂੰ ਸਾਰਿਆਂ ਨੂੰ, ਔਰ ਸਾਰਿਆਂ ਦੇ ਪੈਰਲ ਸੈਸ਼ਨ ਚੱਲਣੇ ਨੇ, 14 ਸੈਸ਼ਨ ਚੱਲਣਗੇ, ਚਿਲਡਰਨ ਕਾਂਗਰਸ ਦਾ ਇੱਕ ਲਾ ਲਓ, ਇੱਕ ਸੈਸ਼ਨ ਚੱਲੇਗਾ ਉਹਨਾਂ ਦਾ ਵਿਮਨ ਕਾਂਗਰਸ ਦਾ, 12 ਡਿਫਰੈਂਟ ਇਨਵਾਇਰਮੈਂਟ ਸਾਇੰਸ ਦਾ, ਬਾਇਓ ਸਾਇੰਸਿਸ ਦਾ,
ਫਿਜ਼ੀਕਲ ਸਾਇੰਸਿਸ ਦਾ, ਕੈਮੀਕਲ ਸਾਇੰਸਿਸ ਦਾ, ਕੈਮਿਸਟਰੀ ਐਂਡ ਕੈਮੀਕਲ ਸਾਇੰਸਿਸ ਕਰ ਲਿਆ, ਫਿਜ਼ੀਕਲ ਸਾਇੰਸਿਸ ਫਿਜ਼ਿਕਸ ਇੱਕ ਕਰ ਲਿਆ, ਇਸ ਤਰ੍ਹਾਂ ਨੈਚੁਰਲ ਸਾਇੰਸਿਸ ਕਰ ਲਿਆ, ਇਨਵਾਇਰਮੈਂਟ ਕਰ ਲਿਆ, ਅਰਥ ਸਾਇੰਸਿਸ ਕਰ ਲਿਆ, ਜੀਓਲੋਜੀ ਹੋ ਜਾਏਗਾ, ਜੀਓਗ੍ਰਾਫੀ ਹੋ ਜਾਏਗਾ, ਬਾਇਓ ਹੋ ਜਾਏਗਾ, ਇਹ ਮੈਡੀਸਨ ਹੋਏਗਾ। ਇਸ ਤਰ੍ਹਾਂ ਨਾਲ 14 ਡਿਸਿਪਲਿਨਸ ਦੇ ਵਿੱਚ ਪੈਰਲਲ ਸੈਸ਼ਨਸ ਨਿਰੰਤਰ ਚੱਲਣਗੇ। ਕਿੰਨੇ ਪੇਪਰ ਉਹਨਾਂ ਨੇ ਪੜ੍ਹਾਉਣੇ ਨੇ, ਉਹ ਕਿੱਥੇ ਬਿਠਾਈ ਜਾਣਗੇ, ਇਸ ਕਮਰੇ 'ਚ, ਇਸ ਕਮਰੇ 'ਚ, ਇਸ ਕਮਰੇ 'ਚ, ਜਿਹਦੀ ਮਰਜ਼ੀ ਜਿੱਥੇ ਮਰਜ਼ੀ ਉੱਠ ਕੇ ਤੁਰਿਆ ਫਿਰੀ ਜਾਏ, ਫਿਰੀ ਜਾਵੇ, ਇੱਕੋ ਸਮੇਂ ਪੈਰਲਲ 14 ਦੇ 14 ਸੈਸ਼ਨ ਸਾਰੇ ਦਿਨ ਚੱਲਣੇ ਨੇ, ਔਰ ਵੈਲੀਡਿਟੀ 7 ਨੂੰ ਵੈਲੀਡਿਟੀ ਖਤਮ ਕਰਨਾ, ਸਮ ਅਪ ਕਰਨਾ, ਰਿਕਮੈਂਡੇਸ਼ਨ ਦੇਣੀ ਹੈ, ਟਾਸਕ ਫੋਰਸ ਹੈ ਜਿਹੜੀ ਹੈ ਉਹਨਾਂ ਦੀ, ਔਰ ਉਹਦੇ 'ਚ ਉਹਨਾਂ ਨੇ 41 ਇਨਾਮ ਵੀ ਵੰਡਣੇ ਨੇ, ਜਿਹੜੇ ਕਿ ਯੰਗ ਸਾਇੰਟਿਸਟਾਂ ਨੂੰ ਵੀ ਦੇਣੇ ਨੇ, ਮੇਘਨਾਥ ਸਾਹਾ ਅਵਾਰਡ, ਐਸ ਐਸ ਭਟਨਾਗਰ ਅਵਾਰਡ, ਐਸ ਐਨ ਬੋਸ ਅਵਾਰਡ, ਬਹੁਤ ਸਾਰੀਆਂ ਫੈਲੋਸ਼ਿਪਸ, ਬਹੁਤ ਸਾਰੇ ਅਵਾਰਡਸ ਨੇ ਜਿਹੜੇ ਡਿਫਰੈਂਟ ਫੀਲਡਸ ਦੇ ਵਿੱਚ, 41 ਅਵਾਰਡਸ ਆਰ ਬੀਇੰਗ ਗਿਵਨ। ਮੈਂ ਕੱਲ੍ਹ ਰਾਤ ਮਿਲ ਰਿਹਾ ਸੀਗਾ ਹਕੀਕਤ ਮੋਇਤਰਾ, ਉਹ ਵਾਈਸ ਚਾਂਸਲਰ ਬੰਗਾਲ ਕੈਲਕਟਾ ਟੈਕਨੋਲੋਜੀਕਲ ਯੂਨੀਵਰਸਿਟੀ ਦਾ, ਉਹਨੂੰ ਮਿਲ ਰਿਹਾ ਪਟਨਾਗਰ ਅਵਾਰਡ, ਉਹ ਮੇਰੇ ਨਾਲ ਸਨ ਅਤੇ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ। ਉਹ ਇਸ ਤਰ੍ਹਾਂ ਮਤਲਬ ਇਹ ਅਵਾਰਡਸ ਜਿਹੜੇ ਨੇ ਉਹ ਡਿਲੀਵਰ ਕੀਤੇ ਜਾ ਰਹੇ ਨੇ, ਕਾਨਫਰੰਸਿਸ ਦੇ ਵਿੱਚ ਜਿਹੜੇ ਨੇ, ਚਿਲਡਰਨ ਕਾਂਗਰਸ ਵੱਖਰੀ ਹੋ ਰਹੀ ਹੈ, ਪ੍ਰਦਰਸ਼ਨੀ ਵੱਖਰੀ ਹੈ, ਮਤਲਬ ਇਹ ਹੈ ਕਿ ਜਿਸ ਦੀ ਮਰਜ਼ੀ ਜਿੱਥੇ ਮਰਜ਼ੀ ਜਾਵੇ, ਤੁਸੀਂ ਉਹਨਾਂ ਨੂੰ ਡਿਵੀਜ਼ਨ ਕਰਕੇ ਕਿਹੜਾ ਪੇਪਰ ਜਿਹਦਾ ਦਾ ਲੱਗਦਾ, ਕੋਈ ਅੱਜ ਪੜ੍ਹ ਗਿਆ, ਕੋਈ ਅੱਜ ਨਹੀਂ ਪਹੁੰਚਿਆ, ਕੱਲ੍ਹ ਪਹੁੰਚੇਗਾ, ਉਹ ਕੱਲ੍ਹ ਪੜ੍ਹ ਦੇਗਾ, ਪਰਸੋਂ ਪੜ੍ਹ ਦੇਗਾ, ਮਤਲਬ ਦੇ ਆਰ ਗਿਵਿੰਗ ਏ ਫ੍ਰੀ ਹੈਂਡ। 14 ਦੇ 14 ਉਹਨਾਂ ਨੂੰ ਬੇਸ਼ੱਕ ਟਾਈਮ ਵੀ ਹੈ, ਉਹਨਾਂ ਨੂੰ ਕੈਜ਼ ਆ ਪ੍ਰੀਜ਼ਾਈਡ ਕਰਨ ਵਾਸਤੇ ਡਾਕਟਰ ਚੌਲ ਵੀ ਆ ਰਹੇ ਨੇ, ਪੀਏਯੂ ਵਾਲੇ ਡਾਕਟਰ ਸਰਦਾਰਾ ਸਿੰਘ ਚੌਲ, ਉਹ ਵੀ ਆ ਰਹੇ ਨੇ ਇੱਕ ਸੈਸ਼ਨ ਪ੍ਰੀਜ਼ਾਈਡ ਕਰਨਗੇ। ਖੁਸ਼ ਜਿਹੜਾ ਚੌਲਾਂ ਦਾ ਬਾਦਸ਼ਾਹ ਕਹਿੰਦੇ ਸੀ ਜਿਹਨੂੰ ਆਪਾਂ, ਉਹਨੇ ਜਿਹਦੇ ਹਰ ਇੱਕ ਜੇ ਤੁਸੀਂ ਪੈਰ ਦੂਜਾ ਕਦਮ ਰੱਖਦੇ ਹੋ ਤਾਂ ਉਹ ਚੌਲਾਂ ਦਾ ਫੀਲਡ ਜਿਹੜਾ ਨਾ ਉਹਨੇ ਬਣਾਇਆ, ਉਹ ਉਹਨੇ ਕਾਰਡ ਉਹਨੇ ਕੱਢੀ ਹੈ, ਉਹ ਬੰਦੇ ਨੇ ਆਉਣਾ ਸੀ ਉਹ ਨਹੀਂ ਆ ਸਕਿਆ, ਲੇਕਿਨ ਉਹਨਾਂ ਦਾ ਜਿਹੜਾ ਸਾਥੀ ਦੋਸਤ ਹੈ ਬਰਾੜ, ਦਰਸ਼ਨ ਬਰਾੜ, ਉਹ ਪੀਏਯੂ ਦੇ ਵਿੱਚ ਅੱਜ ਕੱਲ੍ਹ ਵੀ, ਉਹਨਾਂ ਨੇ ਖੁਸ਼ ਫਾਊਂਡੇਸ਼ਨ ਬਣਾਈ, ਉਹ ਵੀ ਆ ਰਿਹਾ। ਸੋ ਇੱਥੋਂ ਬਹੁਤ ਸਾਰੇ ਬੰਦੇ ਜਿਹੜੇ ਨਾ ਡਿਫਰੈਂਟ ਸੈਸ਼ਨ ਪ੍ਰੀਜ਼ਾਈਡ ਕਰਨ ਵਾਲੇ, ਮੈਥੇਮੈਟਿਕਸ ਦਾ ਇੱਕ ਸੈਸ਼ਨ ਹੈ, ਮੈਥੇਮੈਟੀਸ਼ੀਅਨ ਰਾਤ ਮੈਨੂੰ ਮਿਲਿਆ, ਉਹ ਉੱਥੇ ਇੱਕ ਆ ਰਿਹਾ। ਸੋ ਵੀ ਇਹ ਸਾਰੇ ਸੈਸ਼ਨ, ਇੱਕ ਇੱਕ ਸੈਸ਼ਨ ਨਹੀਂ, ਕਈ ਕਈ ਸੈਸ਼ਨ ਹੁੰਦੇ, ਜਿਹੜਾ 14 ਦੇ 14 ਪੰਜ ਦਿਨ, ਸਵੇਰੇ ਦੁਪਹਿਰ ਸ਼ਾਮ, ਸਵੇਰੇ ਦੁਪਹਿਰ ਸ਼ਾਮ, ਸਵੇਰੇ ਦੁਪਹਿਰ ਸ਼ਾਮ, ਇਹ ਸਾਰੇ 14 ਸੈਸ਼ਨ ਹਰ ਇੱਕ ਦੇ ਪਲੈਨਰੀ ਸੈਸ਼ਨ ਸਭ ਦੇ ਚੱਲਣੇ ਨੇ, ਔਰ ਕਈ ਕਈ ਸੈਸ਼ਨ ਪ੍ਰੀਜ਼ਾਈਡ ਕਰਨੇ ਨੇ, ਕਈਆਂ ਬੰਦਿਆਂ ਨੇ ਕਰਨੇ ਨੇ, ਕਈ ਪੇਪਰ ਉਹਨਾਂ ਨੇ ਆਪਣੇ ਐਡਜਸਟ ਕਰਨੇ ਨੇ ਉਹਨਾਂ ਨੇ, ਅਤੇ ਉਹ ਤੁਸੀਂ ਜੇ ਟਾਈਟ, ਵਾਟਰ ਟਾਈਟ ਕੰਪਾਰਟਮੈਂਟ ਬਣਾ ਕੇ ਨਹੀਂ ਉਹਨਾਂ ਨੂੰ ਦੇਖ ਸਕੋਗੇ, ਲੋਕਾਂ ਨੇ ਵੀ ਜਾਣਾ, ਸੁਣਨਾ ਵੀ ਹੈ, ਕੋਈ ਇੱਥੇ ਬੈਠਾ, ਕੋਈ ਉੱਥੇ ਬੈਠਾ, ਕਾਂਗਰਸ ਜਿਹੜੀ ਵੁਮੈਨ ਕਾਂਗਰਸ ਵੱਖਰੀ ਚੱਲੀ ਜਾਣੀ ਹੈ, ਪ੍ਰਦਰਸ਼ਨੀ ਵੱਖਰੀ ਚੱਲੀ ਜਾਣੀ ਹੈ, ਇਨਾਮ ਉਹਨਾਂ ਨੇ ਦੇਣੇ ਨੇ, ਜਿਸ ਵੇਲੇ ਉਹਨਾਂ ਨੂੰ ਅਖੀਲੇ ਦੇ ਇਨਾਮ ਦੇ ਦੇਣਗੇ। ਸੋ ਦਿਸ ਇਜ਼ ਦੀ ਵੇ। ਤੇ ਜਿਹੜਾ ਤੁਸੀਂ ਕਹਿੰਦੇ ਵੀ ਇਹਨਾਂ ਦੀ ਹਿਸਟਰੀ ਤਾਂ ਬਹੁਤ ਲੰਬੀ ਹੈ, ਜਿਹਦੇ ਵਿੱਚ ਤੁਸੀਂ, ਆਪਾਂ ਇੱਥੇ ਇੱਕ ਆਪਣੇ ਦਰਸ਼ਕ ਨੂੰ ਸ਼ਾਮਲ ਕਰਦੇ ਹਾਂ ਜੀ, ਆਪਣੇ ਗੱਲਾਂ ਵਿੱਚ, ਫਿਰ ਆਪਾਂ ਦੁਬਾਰਾ ਆਪਣੀ ਵਿਚਾਰ ਚਰਚਾ ਕਰਦੇ ਹਾਂ ਜੀ। ਸਵਾਗਤ ਕਰਦੇ ਹਾਂ ਜੀ ਗੱਲਾਂ ਤੇ ਗੀਤ ਵਿੱਚ। ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਡਾਕਟਰ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਉਹ ਤੁਹਾਡਾ ਵਿਸ਼ਾ ਸਾਇੰਸ ਦੇ ਸੰਬੰਧ 'ਚ ਹੈ, ਅੱਜ ਦੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਹਦੀ ਹੋਰ ਤਰੱਕੀ ਹੋਣੀ ਚਾਹੀਦੀ ਹੈ, ਤੇ ਬੱਚਿਆਂ ਨੂੰ ਇਹਦੇ ਬਾਰੇ ਬਹੁਤ ਜਾਣਕਾਰੀ ਦੀ ਲੋੜ ਹੈ, ਕਿਉਂਕਿ ਕੰਪਿਊਟਰ ਦਾ ਯੁੱਗ ਹੈ, ਤੇ ਇਸ ਸੰਬੰਧ 'ਚ ਤੁਸੀਂ ਹੋਰ ਵੀ ਉਪਰਾਲੇ ਤੁਹਾਨੂੰ ਕਰਨੇ ਚਾਹੀਦੇ। ਤੁਸੀਂ ਪਿੰਡਾਂ 'ਚ ਜਾ ਕੇ ਸੇਵਾ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਲੋਕਾਂ ਨੂੰ ਗਾਈਡ ਕਰਦੇ ਹੋ। ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਮੁੜ ਕੇ ਧਿਆਨ ਸਿਰਫ ਬੱਚਿਆਂ ਤੇ ਆਉਂਦਾ, ਕਿਉਂਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ, ਸਾਡਾ ਭਵਿੱਖ ਨੇ, ਔਰ ਤੁਸੀਂ ਦੇਖੋ ਕਿ ਇਹ ਇਹ ਜਿਹੜੀ ਹੈ ਨਾ, ਸਿਆਣੇ ਬੰਦੇ ਜਿਹੜੇ ਨੇ, ਜਿਹਨੇ ਛੋਟੀ ਉਮਰ 'ਚ ਵੀ ਬੰਦਾ ਜੇ ਮਿਹਨਤ ਕਰਨਾ ਜਾਣਦਾ ਹੋਵੇ, ਕਿੰਨੇ ਫੀਲਡਸ ਦੇ ਵਿੱਚ ਇਹਨਾਂ ਲੋਕਾਂ ਨੇ ਜਿਹਨਾਂ ਨੇ ਇਨਾਮ ਵੀ ਲਏ ਨੇ, ਉਹਨਾਂ ਨੂੰ ਪੜ੍ਹਾਉਣ ਵਾਲੇ ਵੀ ਨੋਬਲ ਪ੍ਰਾਈਜ਼ ਵਿਨਰਸ ਨੇ। ਮੈਂ ਜੇ ਤੁਹਾਨੂੂੰ 2 ਨੋਬਲ ਪ੍ਰਾਈਜ਼ ਵਿਨਰ 3 ਦੀ ਗੱਲ ਕਰ ਰਿਹਾ, ਅਤੇ ਮੈਂ ਇਹਨਾਂ ਦੇ ਜਦੋਂ ਉਹਨਾਂ ਦਾ ਬਾਇਓਡਾਟਾ ਵਗੈਰਾ ਦੇਖਿਆ, ਉਹਨਾਂ ਨੂੰ ਪੜ੍ਹਿਆ ਪੁੜਿਆ, ਉਹਨਾਂ ਦੀ ਗੱਲਬਾਤ ਕੀਤੀ ਹੈ, ਤਾਂ ਉਹਨੂੰ ਦੇਖਿਆ ਜਿਹਨਾਂ ਕੋਲ ਪੜ੍ਹੇ ਨੇ ਉਹ ਵੀ ਨੋਬਲ ਪ੍ਰਾਈਜ਼ ਵਿਨਰਸ ਨੇ। ਵੀ ਜੇ ਪਾਰਸ ਦੇ ਨਾਲ ਰਹਿ ਕੇ ਬੰਦਾ ਪਾਰਸ ਹੋ ਜਾਂਦਾ, ਜੇ ਉਤਪਾਦ ਅੱਛਾ ਹੋਵੇਗਾ ਤੇ ਉਹਦੇ ਨਾਲ ਬੰਦਾ ਕੰਮ ਕਰਨ ਵਾਲਾ ਵੀ ਅਗਾਂਹ ਨਿਕਲੇਗਾ। ਕਹਿੰਦੇ ਨੇ ਕਿ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜੱਪ, ਉਹਨਾਂ ਦੇ ਮੈਂ ਦੇਖਿਆ ਕਿ ਜਿਹੜੇ ਇਹ ਆਪ ਇਨਾਮ ਲੈ ਰਹੇ ਨੇ, ਕਿਹਦੇ ਕੋਲ ਪੜ੍ਹੇ ਨੇ ਜੀ? ਉਹ ਨੋਬਲ ਪ੍ਰਾਈਜ਼ ਵਿਨਰ, 2 ਨੋਬਲ ਪ੍ਰਾਈਜ਼ ਵਿਨਰ ਦੇ ਥੱਲੇ ਇੱਕ ਬੰਦਾ ਕੰਮ ਕਰ ਰਿਹਾ, ਤੀਜਾ ਉਹ ਵੀ ਨੋਬਲ ਪ੍ਰਾਈਜ਼ ਲੈ ਗਿਆ, ਜਿਹਦੇ ਕੋਲ ਪੜ੍ਹੇ ਨੇ ਉਹ ਨੋਬਲ ਪ੍ਰਾਈਜ਼ ਲੈ ਰਹੇ ਨੇ, ਜਿਹਨੇ ਪੜ੍ਹਾ ਰਿਹਾ ਉਹ ਨੋਬਲ ਪ੍ਰਾਈਜ਼ ਜੇਤੂ ਹੈ। ਸੋ ਇਸ ਤਰ੍ਹਾਂ ਦੇ ਬੰਦੇ ਜੇ ਅਸੀਂ ਪੈਦਾ ਕਰਾਂਗੇ, ਸਾਡੇ ਕੋਲ ਵੀ ਵਧੀਆ ਬੰਦੇ ਸੀਗੇ, ਹੁਣ ਵੀ ਹੈਗੇ ਨੇ, ਪਰ ਉਹ ਆਪਣਾ ਚੁੱਪ ਚਾਪ ਕੰਮ ਕਰ ਰਹੇ ਨੇ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੂੰ ਰੈਕੋਗਨੀਸ਼ਨ ਮਿਲੇ। ਅਤੇ ਅਸੀਂ ਜਿਹੜਾ ਪਹਿਲਾ ਸਾਡਾ ਪ੍ਰਧਾਨ ਹੀ ਬਣਿਆ ਸਾਇੰਸ ਕਾਂਗਰਸ ਦਾ, ਉਹ ਸੀਗਾ ਅਸ਼ੂਤੋਸ਼ ਮੁਖਰਜੀ, 58 ਸਾਲ ਦੀ ਉਮਰ 'ਚ ਮਰ ਗਿਆ। ਜਦੋਂ ਉਹ ਮਰਿਆ ਤਾਂ ਉਹਨੇ 80,000 ਕਿਤਾਬ ਡੋਨੇਟ ਕੀਤੀ ਆ, ਹਰ ਵੇਲੇ ਜਿੱਥੇ ਜਾਂਦਾ ਸੀ 5 ਕਿਤਾਬਾਂ ਦੀ ਨਾਲ ਹੀ ਝੁੱਕੀ ਫਿਰਦਾ ਹੁੰਦਾ ਸੀ, ਔਰ ਉਹਦਾ ਮੈਥੇਮੈਟਿਕਸ ਦਾ ਬੰਦਾ ਸੀ, ਦੇਖੋ ਮੈਥੇਮੈਟਿਕਸ ਦਾ ਬੰਦਾ, ਫਿਜ਼ਿਕਸ ਦਾ ਅਤੇ ਮੈਥੇਮੈਟਿਕਸ ਦੋਵਾਂ ਦੀ MSc। ਫਿਰ ਉਹਨੇ ਲਾਅ ਵੀ ਕੀਤੀ, 8 ਸਾਲ ਉਹ 9 ਸਾਲ 4 ਵਾਰੀ, ਉਦੋਂ 2 ਸਾਲ ਦੀ ਟਰਮ ਹੁੰਦੀ ਸੀ, 4 ਟਰਮਾਂ ਵਾਈਸ ਚਾਂਸਲਰ ਵੀ ਆ ਕੈਲਕਟਾ ਯੂਨੀਵਰਸਿਟੀ
ਤੇ ਨਾ ਸਿਰਫ ਵਾਈਸ ਚਾਂਸਲਰ ਰਿਹਾ, ਹਾਈ ਕੋਰਟ ਦਾ ਚੀਫ ਜਸਟਿਸ ਜਸਟਿਸ ਵੀ ਨਹੀਂ, ਚੀਫ ਜਸਟਿਸ ਵੀ ਰਿਹਾ ਕਲਕੱਤਾ ਦਾ। ਫਿਰ ਉਸਦੇ ਵਿੱਚੋਂ ਇਹੀ ਨਹੀਂ ਹੈ, ਉਹ ਤੋਂ ਹੋਰ ਗਾਂ ਦੇਖੋ ਕਿ ਜਿਸ ਉਹਦਾ ਕਿੰਨਾ ਕੁ ਮਾਇੰਡ ਸੀ, ਫਰਟਾਈਲ ਮਾਇੰਡ ਸੀ, ਕਿਵੇਂ ਉਹ ਬੰਦਿਆਂ ਨੂੰ ਲਿਆਉਂਦਾ ਸੀ। ਉਹਨੇ ਪਹਿਲੀ ਵਾਰੀ ਸੀ ਵੀ ਰਮਨ ਨੂੰ ਸਪਾਟ ਆਊਟ ਕੀਤਾ, ਉਹ ਜਿੱਥੇ ਉਹ ਬੈਠਾ ਸੀ ਰੈਵਨਿਊ ਸਰਵਿਸਿਸ ਦੇ ਵਿੱਚ, ਉੱਥੋਂ ਚੁੱਕ ਕੇ ਉਹਨੂੰ ਆਪਣੀ ਯੂਨੀਵਰਸਿਟੀ 'ਚ ਲਿਆਂਦਾ। ਇਸੇ ਤਰ੍ਹਾਂ ਹੀ ਰਾਧਾ ਕ੍ਰਿਸ਼ਨ ਜਿਹੜਾ ਸਾਡਾ ਪ੍ਰਧਾਨ ਬਣਿਆ, ਰਾਸ਼ਟਰਪਤੀ ਬਣਿਆ ਅਤੇ ਉਪ ਰਾਸ਼ਟਰਪਤੀ ਪਹਿਲਾਂ ਫਿਰ ਰਾਸ਼ਟਰਪਤੀ ਬਣਿਆ, ਉਹ ਬੰਦੇ ਨੂੰ ਮਦਰਾਸ ਤੋਂ ਫਿਲਾਸਫੀ ਦਾ ਪ੍ਰੋਫੈਸਰ ਚੜਾ ਕੇ ਵੱਖੋ ਵੱਖਰੇ ਖੇਤਰ ਦੇ ਵਿੱਚ ਇਹ ਜਿਹੜੀ ਆਪਣਾ ਵਿਗਿਆਨ ਕਾਂਗਰਸ ਜਿਹੜਾ ਸੰਮੇਲਨ ਸ਼ੁਰੂ ਹੋਇਆ 106ਵਾਂ, ਅੱਜ ਉਹਦਾ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਉਦਘਾਟਨ ਵੀ ਕੀਤਾ ਔਰ ਇਹ 5 ਦਿਨ ਚੱਲਣਾ, ਵੱਖੋ ਵੱਖਰੇ ਹੋਣਗੇ ਇਹਦੇ ਟੌਪਿਕਸ ਹੋਣਗੇ, 14 ਜਿਵੇਂ ਤੁਸੀਂ ਦੱਸਿਆ ਖੇਤਰਾਂ ਦੇ ਵਿੱਚ ਇਹਦੇ ਉੱਪਰ ਪਰਚੇ ਪੜੇ ਜਾਣਗੇ, ਬਹੁਤ ਸਾਰੀਆਂ ਵਿਚਾਰ ਚਰਚਾਵਾਂ ਹੋਣਗੀਆਂ। ਅਤੇ ਜੇਕਰ ਅਸੀਂ ਖਾਸ ਤੌਰ 'ਤੇ ਜਿਵੇਂ ਸਾਰੇ ਵਿਸ਼ਵ ਕਹਿੰਦਾ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਸਾਡੇ ਦੇਸ਼ ਦਾ ਭਵਿੱਖ ਹੁੰਦੇ ਨੇ। 20 ਵਾਰੀ ਨੋਬਲ ਪ੍ਰਾਈਜ਼ ਲੈਣ ਵਾਲਾ ਵੀ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ 11, 12, 13 ਦੇ ਵਿੱਚ ਜਿਹੜੀਆਂ ਕਾਨਫਰੰਸਿਸ ਹੋਈਆਂ, 13ਵੀਂ ਕਾਨਫਰੰਸ ਜਿਹੜੀ 2013 'ਚ ਹੋਈ ਹੈ, 98, 99, 100 ਦੇ ਵਿੱਚ ਜਿਹੜੀਆਂ ਹੋਈਆਂ, 20 ਨੋਬਲ ਪ੍ਰਾਈਜ਼ ਵਿਨਰ ਭੁਵਨੇਸ਼ਵਰ ਇਕੱਠੇ ਕਰਤੇ ਸੀ, 6 ਕੀਤੇ 11ਵਾਂ ਉਸ 12ਵੀਂ ਦੇ ਵਿੱਚ, 212 'ਚ ਵੀ ਕੀਤੇ, 11'ਚ ਵੀ ਕੀਤੇ, ਮਤਲਬ ਹਰ ਵਾਲੀ ਇਹ ਜਿਹੜੇ ਨੇ। ਔਰ ਜਿਹੜੀ ਬੰਗਾਲ 'ਚ ਕੈਲਕਟਾ 'ਚ ਹੋਈ ਪਿਛਲੀ ਵਾਰੀ ਥੋੜ੍ਹੇ 2 ਸਾਲ ਪਹਿਲਾਂ 2013 ਦੇ ਵਿੱਚ, ਉਹ 'ਚ ਮਮਤਾ ਵੀ ਗਈ, ਪ੍ਰਣਬ ਮੁਖਰਜੀ ਵੀ ਗਏ, ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਵੀ ਗਿਆ। ਤੋ ਇਹ ਸਾਰੇ ਜਿਹੜੇ ਹੁਣ ਇਸ ਵੇਲੇ ਕੋਈ ਛੋਟਾ ਕੈਂਪਸ ਨਹੀਂ ਹੈ, ਕੋਈ ਅਸੀਂ 8ਵੀਂ ਵਾਰੀ ਪੰਜਾਬ 'ਚ ਆ ਰਹੇ ਹਾਂ, 3 ਵਾਰੀ ਲਾਹੌਰ 'ਚ ਹੋਏ ਹਾਂ ਇਕੱਠੇ, 3 ਵਾਰੀ ਅਸੀਂ ਫਿਰ ਹੋਏ ਹਾਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੇ ਰਾਜਧਾਨੀ ਸਾਡੀ, 1 ਵਾਰੀ ਪਟਿਆਲੇ ਪੰਜਾਬ ਯੂਨੀਵਰਸਿਟੀ, ਡਾਕਟਰ ਜੋਗਿੰਦਰ ਸਿੰਘ ਪਵਾਰ ਸਾਡੇ ਵਾਈਸ ਚਾਂਸਲਰ, ਉਹਨਾਂ ਨੇ ਐਫਰਟ ਕਰਕੇ ਪਟਿਆਲੇ ਲਿਆਂਦੀ। ਉਦੋਂ ਨਰਸਿਮਾ ਰਾਓ ਆ ਨਹੀਂ ਸੀ ਸਕੇ, ਲੇਕਿਨ UR ਰਾਓ ਜਿਹੜਾ ਸੀਗਾ ਸਾਇੰਟਿਸਟ, ਉਹ ਉੱਥੇ ਉਹਦਾ ਚੇਅਰਮੈਨ ਸੀ। ਡਾਕਟਰ ਤੀਰ ਸਾਹਿਬ, ਜੇਕਰ ਅਸੀਂ ਗੱਲ ਕਰੀਏ ਫਗਵਾੜੇ ਵਰਗੇ ਛੋਟੇ ਜਿਹੇ ਥਾਂ ਦੇ ਵਿੱਚ, ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ, ਵੀ ਇੱਕ ਸਬਰਬਨ ਦੇ ਵਿੱਚ ਆ ਕੇ ਇਹ ਛੋਟਾ ਜਿਹਾ ਸ਼ਹਿਰ, ਔਰ ਲੇਕਿਨ ਉਹਦੀ ਯੂਨੀਵਰਸਿਟੀ ਕਿੱਡੀ ਵੱਡੀ, 600 ਏਕੜ 'ਚ ਫੈਲੀ, 4000 ਉਹਦੇ ਟੀਚਰ ਹੈ, 30,000 ਔਨ ਕੈਂਪਸ ਸਟੂਡੈਂਟ। ਡਾਕਟਰ ਸਾਹਿਬ, ਅਸੀਂ ਇੱਥੇ ਇਹ ਗੱਲ ਕਰਾਂਗੇ ਕਿ ਕਿਉਂਕਿ ਤੁਸੀਂ ਸਾਰੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਸੰਮੇਲਨ ਦੇਖੇ ਨੇ, ਬਹੁਤ ਸਾਰੇ ਕਾਂਗਰਸ ਸੰਮੇਲਨ ਤੁਸੀਂ ਦੇਖੇ ਨੇ, ਇਸ ਸੰਮੇਲਨ ਦੀ ਕੀ ਤੁਹਾਨੂੰ ਲੱਗਦੀ ਇਹਨਾਂ ਨਾਲੋਂ ਵੱਖਰੀ ਖੂਬੀ ਕੀ ਹੋਵੇਗੀ? ਖੂਬੀ ਦਾ ਇਹ ਹੈ ਕਿ ਇਸ ਦੇ ਜਿਹੜਾ ਇੱਕ ਕਿਸਮ ਦਾ ਰੂਰਲ ਜਿਹੇ ਏਰੀਏ 'ਚ ਆ ਗਿਆ, ਹੈ ਨਾ ਜੀ। ਅੱਗੇ ਜਿਹੜਾ ਹੋਇਆ ਨਾ ਪਟਿਆਲਾ ਵੀ, ਅਸੀਂ ਤੁਸੀਂ ਸ਼ਹਿਰ ਗਿਣਦੇ ਹੋ, ਉਹ ਵੀ ਬੜਾ ਵੱਡਾ ਐਫਰਟ ਸੀ ਪਟਿਆਲੇ 'ਚ ਆਉਣਾ। ਚੰਡੀਗੜ੍ਹ ਤਾਂ ਰਾਜਧਾਨੀ ਹੈ ਸਾਡੀ, ਮਹਾਂਮਤ ਨਗਰੀ ਲੋਕ ਆਉਣਗੇ, ਪਟਿਆਲੇ ਅਜੇ ਫਿਰ ਰੂਰਲ ਥੋੜ੍ਹੇ ਲੋਕ ਆਉਣਗੇ, ਕੁਛ ਨਾ ਕੁਛ ਆਏ ਸਾਡਾ ਮਾਲਵਾ ਉੱਥੇ ਇਕੱਠਾ ਜਾਂਦੇ ਜਾਂਦੇ ਥੋੜੇ ਜਿਹੇ ਸ਼ਬਦਾਂ ਵਿੱਚ ਦੁਆਬਾ, ਜਿਹੜਾ ਦੁਆਬਾ ਬਾਹਰ ਹੀ ਤੁਰਿਆ ਫਿਰਦਾ, ਮਤਲਬ ਇਹ ਹੈ ਕਿ ਅਸੀਂ ਚੰਨ ਤੋਂ ਉਤਰ ਕੇ ਹੁਣ ਆਪਣੇ ਪਿੰਡਾਂ ਦੀਆਂ ਵੱਟਾਂ ਤੇ ਪਹੁੰਚ ਗਏ ਹਾਂ, ਦੁਆਬੇ ਦੇ ਵਿੱਚ ਆ ਗਏ। ਧੀਰ ਸਾਹਿਬ, ਸਾਡੇ ਕੋਲ ਸਮਾਂ ਥੋੜਾ ਜਿਹਾ ਘੱਟ ਸੀ, ਬਹੁਤ ਸਾਰੀ ਵਿਚਾਰ ਚਰਚਾ ਅਸੀਂ ਕਰਨੀ ਸੀਗੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਆ, ਬਹੁਤ ਸਾਰੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਇਸ 106ਵੇਂ ਸੰਮੇਲਨ ਦੇ ਵਿੱਚ, ਹੁਣ ਹੈ ਕਾਂਗਰਸ ਸੰਮੇਲਨ, ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਦਰਸ਼ਕੋ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ।